सत श्री अकाल जी, मैं हाँ राजदीप सिंह अलवेला, अंबेडकर मिशन न्यूज़ चैनल देख रहे दर्शकों का स्वागत है। आज के टाइम दे विच हर कोई विदेश जाके सैटल होना चाहता है। ज़्यादातर बच्चे प्लस टू या ग्रैजुएशन करन तो बाद आइलट्स करते हैं। आइलट्स तो बाद विच कईयां नूं जानकारी पूरी नहीं हुंदी भी किस तरह की करना, इसलिए माछीवाड़ा दे विच एक नवा सेंटर ब्राइट फ्यूचर खुल गया है। ਸਾਡੇ ਨਾਲ ਬ੍ਰਾਈਟ ਫਿਊਚਰ ਦੇ ਓਨਰ ਮਿਸਟਰ ਅਰਮਾਨ ਜੀ ਮੌਜੂਦ ਨੇ। ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ। ਅਰਮਾਨ ਜੀ ਕੀ ਸਰ, ਕਿੰਨੇ ਟਾਈਮ ਤੋਂ ਤੁਸੀਂ ਕਰ ਰਹੇ ਹੋ? ਮੈਂ ਆਪਣਾ ਬ੍ਰਾਈਟ ਫਿਊਚਰ ਇੰਸਟੀਚਿਊਟ 2016 ਤੋਂ ਰਨ ਕਰ ਰਹੇ ਹਾਂ। ਮੇਰਾ ਇਹ ਇੱਕ ਪਹਿਲੀ ਜਿਹੜੀ ਬ੍ਰਾਂਚ ਹੈਗੀ ਆ ਉਹ ਮੋਰਿੰਡੇ ਸ਼ਹਿਰ ਦੇ ਵਿੱਚ ਹੈਗੀ ਆ। ਕਿੰਨੇ ਟਾਈਮ ਤੋਂ ਹੈ ਜੀ ਬ੍ਰਾਂਚ? ਇਹ 2016 ਤੋਂ ਚਲਾ ਰਿਹਾ ਹਾਂ ਮੈਂ। ਹਾਂਜੀ। ਔਰ ਇੱਥੇ ਇਹ ਨਵਾਂ ਓਪਨ ਹੋਇਆ ਹੈ ਇਹ ਵਾਲਾ ਸੈਂਟਰ ਆਪਣਾ। ਠੀਕ ਹੈ ਜੀ। ਕੀ ਫੈਸਿਲਿਟੀਜ਼ ਨੇ ਜੀ ਉਹਦੇ? ਅਸੀਂ ਸਟੂਡੈਂਟਸ ਨੂੰ ਇਹਦੇ ਵਿੱਚ ਫੈਸਿਲਿਟੀਜ਼ ਦੇ ਰਹੇ ਹਾਂ ਤਾਂ ਜੋ ਸਟੂਡੈਂਟਸ ਨੂੰ ਪਤਾ ਲੱਗ ਸਕੇ। ਅਸੀਂ ਜਿਹੜਾ 14, 15, 16 ਦਸੰਬਰ ਤੋਂ ਅਸੀਂ ਇੱਕ ਸੈਮੀਨਾਰ ਔਰਗਨਾਈਜ਼ ਕੀਤਾ ਹੈ ਸਟੂਡੈਂਟਸ ਵਾਸਤੇ, ਤਾਂ ਜੋ ਸਟੂਡੈਂਟਸ ਇਸ ਦੇ ਵਿੱਚ ਆਉਣ ਅਤੇ ਸਟੂਡੈਂਟਸ ਨੂੰ ਪਤਾ ਲੱਗ ਸਕੇ ਕਿ ਆਇਲਸ ਕਿਆ ਹੈਗੀ ਆ। ਕਿਉਂਕਿ ਕਈ ਸਟੂਡੈਂਟਸ ਦੇ ਮਨ ਦੇ ਵਿੱਚ ਇਹ ਹੈਗਾ ਕਿ ਆਇਲਸ ਬਹੁਤ ਹਾਰਡ ਆ। ਆਇਲਸ ਇੱਕ ਲੈਂਗੁਏਜ ਟੈਸਟ ਆ ਕਿ ਨਥਿੰਗ ਐਲਸ, ਔਰ ਇਸ ਤੋਂ ਇਲਾਵਾ ਦੂਸਰੇ ਸੈਂਟਰਾਂ ਦੇ ਮੁਕਾਬਲੇ ਫੀਸ ਵੀ ਬਿਲਕੁਲ ਘੱਟ ਹੈਗੀ ਆ। ਇੱਕ ਮਿੰਟ ਇੱਥੇ ਰੁਕ। ਤਿੰਨ ਦਿਨ ਦਾ ਸੈਮੀਨਾਰ ਆ, 14, 15, 16 ਤਰੀਕ ਦਾ, ਇਹ ਕਿਹੜੇ ਦਸੰਬਰ ਦੀ ਦਾ, ਇਹਦੇ ਵਿੱਚ ਤੁਸੀਂ ਬਿਲਕੁਲ ਫ੍ਰੀ ਆਫ ਕੋਸਟ ਕਰਵਾ ਰਹੇ ਹੋ? ਬਿਲਕੁਲ ਜੀ, ਫ੍ਰੀ ਆਫ ਕੋਸਟ ਕਰਵਾ ਰਹੇ ਹਾਂ ਤਾਂ ਜੋ ਸਟੂਡੈਂਟ ਸਾਡੇ ਕੋਲ ਆਉਣ। ਕਈ ਵਾਰ ਸਟੂਡੈਂਟਸ ਇਸ ਤਰ੍ਹਾਂ ਹੁੰਦਾ ਕਿ ਕਿਤੇ ਸਟੂਡੈਂਟਸ ਜਾਂਦੇ ਆ ਅਤੇ ਆਪਣੀ ਫੀਸ ਦੇ ਦਿੰਦੇ, ਫੀਸ ਦੇਣ ਤੋਂ ਬਾਅਦ ਉਹਨਾਂ ਦੀ ਫੀਸ ਰਿਫੰਡ ਹੀ ਹੁੰਦੀ ਕਿਉਂਕਿ ਸਟੂਡੈਂਟਸ ਨੂੰ ਕਈ ਵਾਰ ਨਹੀਂ ਸਮਝ ਲੱਗਦਾ। ਸੋ ਇਸ ਲਈ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਇਹ ਰੱਖਿਆ ਹੈਗਾ ਆ। ਜਿਹੜੇ ਜਿਸ ਤਰ੍ਹਾਂ ਜਿਹੜੇ 3 ਦਿਨ ਤੁਸੀਂ ਫ੍ਰੀ ਲਗਵਾ ਰਹੇ ਹੋ, ਉਸ ਤੋਂ ਬਾਅਦ ਜਿਹੜੇ ਸਟੂਡੈਂਟ ਨੇ ਰੈਗੂਲਰ ਕਰਨਾ, ਉਹ ਰੈਗੂਲਰ ਕਰ ਸਕਦਾ? ਦੇਖੋ, ਅਸਲ ਵਿੱਚ ਮੈਂ ਤੁਹਾਨੂੰ ਇਹੀ ਗੱਲ ਦੱਸ ਚੁੱਕਿਆ ਕਿ ਕਈ ਵਾਰ ਸਟੂਡੈਂਟਸ ਇਸ ਹੁੰਦਾ ਫੀਸ ਪਹਿਲਾਂ ਲੈ ਲੈਂਦੇ ਆ, ਬੱਚਤ ਫੀਸ ਲੈ ਲਈ ਜਾਂਦੀ ਆ, ਉਸ ਤੋਂ ਬੱਚੇ ਨੂੰ ਸਮਝ ਨਹੀਂ ਲੱਗਦੀ ਤਾਂ ਬੱਚੇ ਦੀ ਤਾਂ ਫੀਸ ਫਸ ਜਾਂਦੀ ਆ। ਅਸੀਂ ਇਹੀ ਸੀਨ ਰੱਖਿਆ ਹੈਗਾ ਕਿ ਤਾਂ ਜੋ ਬੱਚੇ ਸਾਡੇ ਕੋਲ ਪਹਿਲਾਂ ਆਉਣ, ਫ੍ਰੀ ਆਫ ਕੋਸਟ 2 ਜਾਂ 3 ਦਿਨ ਕਲਾਸਿਸ ਲੈਣ, ਅਤੇ ਉਹ ਕਲਾਸਿਸ ਲੈਣ ਤੋਂ ਬਾਅਦ ਅਗਰ ਸਟੂਡੈਂਟ ਨੂੰ ਅੱਛਾ ਲੱਗਦਾ ਹੈ ਤਾਂ ਸਟੂਡੈਂਟ ਕੰਟੀਨਿਊ ਸਾਡੇ ਕੋਲ ਕਰਨ, ਅਦਰਵਾਈਜ਼ ਸਟੂਡੈਂਟਸ ਨੂੰ ਕੰਟੀਨਿਊ ਕਰਨ ਦੀ ਲੋੜ ਨਹੀਂ ਹੈਗੀ। ਔਰ ਦੂਸਰੇ ਸੈਂਟਰਾਂ ਦੇ ਮੁਕਾਬਲੇ ਫੀਸ ਅਸੀਂ ਬਿਲਕੁਲ ਜੈਨੂਇਨ ਰੱਖੀ ਹੈਗੀ ਆ। ਕਿੰਨੀ ਫੀਸ ਤੁਸੀਂ ਕੀ ਕਰ ਰਹੇ ਹੋ ਆਮ ਫੀਸ ਦੇ ਨਾਲ ਕੀ ਡਿਸਕਾਊਂਟ? ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸੈਂਟਰਾਂ ਦੇ ਵਿੱਚ 10,000, 12,000 ਜਾਂ 14,000 ਫੀਸ ਤੁਸੀਂ ਦੇਖਦੇ ਹੋ ਆਇਲ ਸੈਂਟਰਾਂ ਦੇ ਵਿਚਕਾਰ ਰੱਖੀ ਜਾਂਦੀ ਆ। ਫੀਸ ਦੇ ਵਿੱਚ ਕੀ ਫੈਸਿਲਿਟੀਜ਼ ਦੇ ਰਹੇ ਹੋ, ਕੀ ਡਿਸਕਾਊਂਟ ਦੇ ਰਹੇ ਹੋ? ਫੀਸ ਦੇ ਵਿੱਚ ਇਹ ਫੈਸਿਲਿਟੀ ਹੈ ਕਿ ਜਿਵੇਂ ਤੁਸੀਂ ਦੂਸਰੇ ਸੈਂਟਰਾਂ ਦੇ ਵਿੱਚ ਦੇਖਦੇ ਹੋ ਕਿ ਕਿਸੇ ਦੀ 10,000, 12,000, 15,000 ਅਤੇ 17,000 ਤੱਕ ਫੀਸ ਲਈ ਜਾਂਦੀ ਹੈ ਬੱਚਿਆਂ ਕੋਲੋਂ, ਅਸੀਂ ਫੀਸ ਜੈਨੂਅਨ ਫੀਸ ਰੱਖੀ ਹੈ ਸਿਰਫ 4,000 ਰੁਪਏ ਮੰਥ ਦੀ ਫੀਸ, ਅਤੇ ਇੱਕ ਪੈਕੇਜ ਬਣਾ ਦਿੱਤਾ ਬੱਚੇ ਕਮ ਸੇ ਕਮ ਬੱਚੇ 3 ਮਹੀਨੇ ਦਾ ਇੱਕ ਕੋਰਸ ਲੈਣ, ਜਿਹਦੇ ਵਿੱਚ ਅਸੀਂ ਫੀਸ ਉਹਨਾਂ ਨੂੰ 11,000 ਰੁਪਏ ਦੇ ਕੇ ਬੱਚੇ 3 ਮਹੀਨੇ ਦਾ ਇੱਕ ਪੈਕੇਜ ਲੈ ਸਕਦੇ ਹਾਂ। ਇਸ ਤੋਂ ਇਲਾਵਾ ਤੁਸੀਂ ਹੋਰ ਕੀ ਕਰਵਾਉਂਦੇ ਹੋ ਬੱਚਿਆਂ ਨੂੰ? ਸਪੋਕਨ ਕਰਵਾਈ ਜਾ ਰਹੀ ਹੈ, ਸਪੋਕਨ ਵੀ ਅਸੀਂ ਬਿਲਕੁਲ ਫ੍ਰੀ ਕਰਵਾ ਰਹੇ ਹਾਂ। ਸਪੋਕਨ ਬੱਚੇ 10 ਦਿਨਾਂ ਤੱਕ ਫ੍ਰੀ ਕਲਾਸਿਸ ਲੈ ਸਕਦੇ ਆ। ਜਿਹੜੇ ਬੱਚੇ ਜੁਆਇਨ ਕਰਨਾ ਚਾਹੁੰਦੇ ਉਹ 1 ਜਨਵਰੀ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ, 2021 ਤੋਂ 1 ਜਨਵਰੀ ਤੋਂ ਸ਼ੁਰੂ ਕਰ ਰਹੇ ਹਾਂ। ਜਿਹੜੇ ਬੱਚੇ ਸਪੋਕਨ ਕਰਨਾ ਚਾਹੁੰਦੇ ਆ ਉਹਨਾਂ ਲਈ ਵੀ ਬਿਲਕੁਲ ਫ੍ਰੀ ਰਹੂਗਾ। 1 ਤੋਂ 10 ਤੱਕ ਉਹਨਾਂ ਦੀ ਕੋਈ ਫੀਸ? ਕੋਈ ਫੀਸ ਨਹੀਂ ਲਈ ਜਾਊਗੀ ਉਹਨਾਂ ਦੀ। ਅਗਰ ਰੈਗੂਲਰ ਬਣਾਊਗਾ ਨਾ ਬੱਚਿਆਂ ਲਈ? ਜੇ ਉਹਨਾਂ ਬੱਚਿਆਂ ਨੇ ਰੈਗੂਲਰ ਹੋਣਾ ਚਾਹ ਹੋਊਗਾ ਤਾਂ ਉਹਦੀ ਫੀਸ ਅਸੀਂ ਸਿਰਫ ਔਰ ਸਿਰਫ 2,000 ਰੁਪਈਆ ਲਵਾਂਗੇ। 1 ਮੰਥ ਕਿੰਨਾ ਪੀਰੀਅਡ ਦਾ ਪੈਕੇਜ? 1 ਮੰਥ 2,000 ਰੁਪਈਆ ਲਵਾਂਗੇ। ਜੇ ਬੱਚਾ 3 ਮਹੀਨੇ ਦਾ ਪੈਕੇਜ ਲੈਣਾ ਚਾਹੁੰਦਾ ਤਾਂ ਉਹਦੀ ਫੀਸ ਸਿਰਫ 5,000 ਰੁਪਈਆ ਲਵਾਂਗੇ। ਠੀਕ ਹੈ ਜੀ। ਇਸ ਤੋਂ ਇਲਾਵਾ ਤੁਹਾਡੀ ਹੋਰ ਕੀ ਪਲਾਨਿੰਗ ਹੈ ਜੀ ਅੱਗੇ? ਅੱਗੇ ਸਾਡੀ ਪਲਾਨਿੰਗ ਹੈਗੀ ਜਿਵੇਂ ਤੁਸੀਂ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਸਾਡਾ ਸੈਂਟਰ ਮੋਰਿੰਡੇ ਸ਼ਹਿਰ ਦੇ ਵਿੱਚ ਆ, ਦੂਸਰਾ ਅਸੀਂ ਮਾਛੀਵਾੜੇ ਸ਼ਹਿਰ ਦੇ ਵਿੱਚ ਖੋਲ੍ਹਿਆ ਆ। ਔਰ ਸਾਡੀ ਅੱਗੇ ਪਲੈਨਿੰਗ ਹੈਗੀ ਹੈ ਕਿ ਬੱਚਿਆਂ ਦੀ ਸੁਵਿਧਾ ਦੇ ਲਈ, ਬੱਚੇ ਆਇਲਸ ਜਿਵੇਂ ਕਿ ਆਇਲਸ ਦਾ ਕਰੇਜ ਵੱਧਦਾ ਜਾ ਰਿਹਾ, ਅਸੀਂ ਲੁਧਿਆਣੇ ਸ਼ਹਿਰ ਦੇ ਵਿੱਚ ਵੀ ਇੱਕ ਸੈਂਟਰ ਖੋਲ੍ਹਣ ਦੀ ਪਲੈਨਿੰਗ ਕਰ ਰਹੇ ਹਾਂ। ਇਹ ਸਨ ਬ੍ਰਾਈਟ ਫਿਊਚਰ ਦੇ ਓਨਰ, ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਦੱਸਿਆ ਕਿ ਅਸੀਂ ਜਿਹੜੇ ਨਵੇਂ ਸਟੂਡੈਂਟਸ ਨੇ ਉਹਨਾਂ ਨੂੰ ਬਿਲਕੁਲ ਟ੍ਰਾਇਲ ਫ੍ਰੀ ਦੇ ਰਹੇ ਹਾਂ, ਜਿਹੜਾ ਲਗਾ ਕਲਾਸਿਸ ਲਗਾ ਕੇ ਦੇਖਣ, ਆਈਲੈਟਸ ਦੀਆਂ 3 ਦਿਨ ਅਤੇ ਸਪੋਕਨ ਦੀਆਂ 10 ਦਿਨ। ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇਖ ਰਹੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ। ਕੈਮਰਾਮੈਨ ਹਰਦੀਪ ਦੇ ਨਾਲ ਰਾਜਦੀਪ ਸਿੰਘ ਅਲਵੇਲਾ, ਮਾਛੀਵਾੜਾ ਸਾਹਿਬ।